ਮੀਟਿੰਗ ਹੋਈ ਹੈ ਉਹ ਸਾਡਾ ਇੱਕ ਰੈਗੂਲਰ ਫੀਚਰ ਜਿਹੜਾ ਹੁੰਦਾ ਹੈ, ਰੈਗੂਲਰ ਕ੍ਰਾਈਮ ਮੀਟਿੰਗ। ਬੇਸਿਕ ਮਕਸਦ ਇਹੀ ਸੀਗਾ ਕਿ ਅਸੀਂ ਬਹੁਤ ਸਾਰੀ ਈਵੈਂਟਸ ਬੜੇ ਸਕਸੈਸਫੁਲੀ ਅੰਮ੍ਰਿਤਸਰ ਪੁਲਿਸ ਨੇ ਕਵਰ ਕੀਤੇ ਹੈਗੇ, ਸਟਾਰਟਿੰਗ ਫਰੋਮ ਸੈਂਟੈਨਰੀ ਆਫ ਜਲਿਆਂਵਾਲਾ ਬਾਗ। ਸੈਂਟੈਨਰੀ ਹੋਈ, ਇਲੈਕਸ਼ਨਰਿੰਗ ਰਹੀ, ਉਸ ਤੋਂ ਬਾਅਦ ਇਲੈਕਸ਼ਨ ਹੋਏ, ਉਸ ਤੋਂ ਬਾਅਦ ਸਾਡੇ ਘੱਲੂਘਾਰਾ ਵੀਕ ਹੋਇਆ ਹੈਗਾ। ਤੋ ਸਾਰਾ ਫੇਜ਼ ਕਾਫੀ ਡਿਫੀਕਲਟ ਵੀ ਸੀ, ਬਟ ਸਾਰੀ ਪੁਲਿਸ ਨੇ ਵਧੀਆ ਕੰਮ ਕੀਤਾ। ਉਸ ਤੋਂ ਬਾਅਦ ਹੁਣ ਦੁਬਾਰਾ ਜਿਹੜੀ ਸਾਡੀ ਨਾਰਮਲ ਪੁਲਿਸਿੰਗ, ਕ੍ਰਾਈਮ ਕੰਟਰੋਲ, ਸਾਡੀ ਕ੍ਰਾਈਮ ਦੀ ਮੋਨੀਟਰਿੰਗ, ਸਾਡੀ ਜਿਹੜੀ ਕ੍ਰਾਈਮ ਮੀਟਿੰਗ ਦਾ ਕੋਨਸੈਪਟ ਹੁੰਦਾ ਹੈਗਾ, ਉਹਨੂੰ ਅਸੀਂ ਅੱਜ ਰੀਟ੍ਰੇਟ ਕੀਤਾ ਹੈਗਾ। ਤੇ ਜਿਹਦੇ ਚ ਕ੍ਰਾਈਮ ਦੀ ਮੋਨੀਟਰਿੰਗ, ਪਬਲਿਕ ਕੰਪਲੇਂਟਸ ਦੀ ਮੋਨੀਟਰਿੰਗ, ਜਿਹੜੇ ਕੋਈ ਡਰੱਗਸ ਦੇ ਅਗੇਂਸਟ ਜਿਹੜੀ ਐਕਸ਼ਨ ਚੱਲ ਰਿਹਾ ਹੈਗਾ ਉਹਨੂੰ ਹੋਰ ਅਸੀਂ ਕਿਸ ਤਰ੍ਹਾਂ ਕਰਨਾ, ਲੋਕਾਂ ਦੀਆਂ ਦੁੱਖ ਤਕਲੀਫਾਂ ਜਿਹੜੀਆਂ ਹੈ, ਕੰਪਲੇਂਟਸ ਹੈਂਡਲਿੰਗ ਦੇ ਬਾਰੇ, ਸੋ ਸਾਰੇ ਜਿਹੜੇ ਬੇਸਿਕ ਪੁਲਿਸਿੰਗ ਦੇ ਸਾਰੇ ਐਸਪੈਕਟਸ ਹੈਗੇ ਉਹਨਾਂ ਨੂੰ ਸਾਰਿਆਂ ਨੂੰ ਡਿਸਕਸ ਕੀਤਾ। ਇੱਕ ਇਹਦੇ ਚ ਨਾਲ ਕੰਪੋਨੈਂਟ ਇੰਪੋਰਟੈਂਟ ਜਿਹੜਾ ਅਸੀਂ ਸ਼ੇਅਰ ਕੀਤਾ ਹੈਗਾ ਉਹ ਹੈ ਵੀ ਥੋੜਾ ਟ੍ਰੈਫਿਕ ਇੰਪਰੂਵਮੈਂਟ ਦਾ, ਤੇ ਨਾਲ ਨਾਲ ਸੀਸੀਟੀਵੀ ਕਵਰੇਜ ਵਧਾਉਣ ਦਾ, ਸ਼ਹਿਰ ਦੇ ਵਿੱਚ ਜਿਹੜਾ ਸੀਸੀਟੀਵੀ ਕਵਰੇਜ ਹੈਗਾ ਉਹਨੂੰ ਵਧਾਇਆ ਜਾਏ। ਤੇ ਇਨ ਸਾਰੇ ਟਾਸਕ ਨੂੰ SHOs ਨੂੰ, ਚੌਕੀ ਇੰਚਾਰਜਿਸ ਨੂੰ, ਇੰਚਾਰਜ ਯੂਨਿਟਸ ਨੂੰ ਗਾਈਡਲਾਈਨਸ ਦਿੱਤੀਆਂ। ਮੈਂ ਪਹਿਲਾਂ ਵੀ ਜਿਵੇਂ ਦੱਸਿਆ ਸੀ, ਪੰਦਰਵਾੜਾ ਬਣਾਇਆ ਜਾ ਰਿਹਾ ਹੈਗਾ ਪੰਜਾਬ ਪੁਲਿਸ ਦੀ ਗਵਰਨਮੈਂਟ ਦੀ ਗਾਈਡਲਾਈਨਸ DGP ਸਾਹਿਬ ਵੱਲੋਂ, ਤੋਂ 12 ਜੂਨ ਤੋਂ ਲੈ ਕੇ 26 ਜੂਨ ਤੱਕ। ਤੇ 26 ਜੂਨ ਜਿਹੜਾ ਹੈਗਾ ਇਹ ਇੰਟਰਨੈਸ਼ਨਲ ਡੇ ਹੁੰਦਾ ਹੈਗਾ ਔਨ ਡਰੱਗ ਅਵੇਅਰਨੈਸ, ਔਨ ਡਰੱਗ ਦੇ ਅਗੇਂਸਟ ਜੋ ਇਹ ਕੈਂਪੇਨ ਹੈਗਾ ਉਹਦੇ ਬਾਰੇ। ਸੋ ਅਸੀਂ ਉਹ ਸਾਰਾ ਬਿਲਡਅਪ ਕਰ ਰਹੇ ਹਾਂ, ਅਲੱਗ ਅਲੱਗ ਇੰਸਟੀਟਿਊਸ਼ਨ ਦੇ ਵਿੱਚ, ਅਲੱਗ ਅਲੱਗ ਥਾਣਿਆਂ ਦੇ ਵਿੱਚ, ਅਲੱਗ ਅਲੱਗ ਮੁਹੱਲਿਆਂ ਦੇ ਵਿੱਚ ਮੀਟਿੰਗਸ ਹੋ ਰਹੀਆਂ, ਅਵੇਅਰਨੈਸ ਕੈਂਪਸ ਚੱਲ ਰਹੇ ਹੈਗੇ, ਲੋਕਾਂ ਨੂੰ ਜੋੜਿਆ ਜਾ ਰਿਹਾ। ਨਾਲ ਹੀ ਐਨਫੋਰਸਮੈਂਟ ਐਕਟੀਵਿਟੀਜ਼ ਚੱਲ ਰਹੀਆਂ, ਜਿਹੜੇ ਏਰੀਆਜ਼ ਜਿੱਥੇ ਨਸ਼ੇ ਦੀ ਸ਼ਿਕਾਇਤ ਆ ਰਹੀ ਹੈ ਉੱਥੇ ਰੇਡਸ ਕੀਤੇ ਜਾ ਰਹੇ ਨੇ, ਜਿਹੜੇ ਲੋਕ ਇਹਦੇ ਚ ਪਏ ਹੈਗੇ ਉਹਨਾਂ ਦੇ ਉੱਤੇ ਲੀਗਲ ਐਕਸ਼ਨ ਕੀਤਾ ਜਾ ਰਿਹਾ। ਨਾਲ ਹੀ ਲੋਕਾਂ ਦਾ ਸਹਿਯੋਗ ਅਸੀਂ ਇਸ ਚੀਜ਼ ਲਈ ਲੈ ਰਹੇ ਹਾਂ ਕਿ ਜਿਹੜੇ ਨਸ਼ਿਆਂ ਚ ਪੈ ਗਏ ਉਹਨਾਂ ਨੂੰ ਕੱਢਿਆ ਜਾਵੇ, ਤੇ ਉਹਨਾਂ ਨੂੰ ਡੀ ਐਡਿਕਸ਼ਨ ਤੇ ਹੋਰ ਜਿਹੜੀ ਹੈਲਥ ਡਿਪਾਰਟਮੈਂਟ ਨਾਲ, ਐਡਮਿਨਿਸਟ੍ਰੇਸ਼ਨ ਨਾਲ ਮਿਲ ਕੇ ਕਾਰਵਾਈ ਕੀਤੀ। ਦੇਖੋ ਏਦਾਂ ਹੈ ਕਿ ਜਦੋਂ ਵੀ ਕੋਈ ਜਨਰਲ ਚੈਕਿੰਗ, ਸਰਚ ਜਾਂ ਕੋਈ ਵੀ ਐਕਟੀਵਿਟੀ ਹੁੰਦੀ ਹੈਗੀ ਹੈ ਉਹਦੇ ਵਿੱਚ ਥੋੜੀ ਬਹੁਤੀ ਤਕਲੀਫ਼ ਲੋਕਾਂ ਨੂੰ ਜ਼ਰੂਰ ਹੋਏਗੀ, ਮਤਲਬ ਜਦੋਂ ਆਪਾਂ ਨਾਕਾ ਲਗਾ ਕੇ ਚੈਕਿੰਗ ਕਰਦੇ ਹਾਂ ਉਹਦੇ 'ਚ ਵੀ ਹੁੰਦੀ ਹੈ। ਬਟ ਆਈ ਕੈਨ ਅਸ਼ੋਰ ਯੂ ਕਿ ਇਹ ਸਾਰਾ ਕੁਝ ਜਿਹੜਾ ਹੋ ਰਿਹਾ ਹੈਗਾ ਇਹ ਇਸ ਚੀਜ਼ ਦੇ ਉੱਤੇ ਠੱਲ ਪਾਉਣ ਲਈ ਹੈਗਾ। ਕਈ ਲੋਕਾਂ ਦੇ ਕਲੇਮਸ ਹੋਣਗੇ ਕਿ ਅਸੀਂ ਹੁਣ ਛੱਡ ਚੁੱਕੇ ਹਾਂ, ਉਹ ਹੋ ਸਕਦੇ ਹੈ, ਉਹ ਹੋ ਸਕਦਾ ਸੱਚਾਈ ਨਾ ਹੋਵੇ। ਜੇ ਸੱਚਾਈ ਹੋਵੇਗੀ ਉਹਨੂੰ ਉਸ ਤਰੀਕੇ ਨਾਲ ਡੀਲ ਕੀਤਾ ਜਾਵੇਗਾ, ਜੋ ਕ੍ਰਾਈਮ ਜਾਂ ਕ੍ਰਿਮੀਨਲ ਹਜੇ ਵੀ ਨਹੀਂ ਹਟ ਰਹੇ ਉਹਨਾਂ ਦੇ ਉੱਤੇ ਕਾਰਵਾਈ ਕੀਤੀ ਜਾਵੇਗੀ। ਅੱਜ ਅਸੀਂ ਇਕੱਠੇ ਹੋਏ ਹਾਂ ਤੁਹਾਡੇ ਨਾਲ ਇਹ ਸ਼ੇਅਰ ਕਰਨ ਲਈ ਕਿ ਤੁਹਾਨੂੰ ਧਿਆਨ ਹੋਣਾ, ਕਰੀਬ ਇੱਕ ਹਫ਼ਤਾ ਪਹਿਲੇ 7 ਤਰੀਕ ਨੂੰ ਇੱਕ ਇੰਸੀਡੈਂਟ ਹੋਇਆ ਸੀਗਾ ਬੀ ਡਿਵੀਜ਼ਨ ਦੇ ਏਰੀਆ ਦੇ ਵਿੱਚ। ਜਿਹੜੇ 3 ਬੰਦੇ ਆਏ ਸੀਗੇ ਤੇ ਘਰ ਦੇ ਵਿੱਚ ਆ ਕੇ ਪਿਸਤੌਲ ਵਗੈਰਾ ਵੀ ਸੀਗਾ ਉਹਨਾਂ ਕੋਲ, ਤੇ ਉਹਨਾਂ ਨੇ ਘਰ ਦੇ ਵਿੱਚ ਲੋਕਾਂ ਨੂੰ ਬੰਦੀ ਬਣਾ ਕੇ ਉਹਨਾਂ ਕੋਲੋਂ ਜਵੈਲਰੀ ਤੇ ਕੈਸ਼ ਇਹ ਲੈ ਕੇ ਗਏ ਸੀਗੇ। ਕਰੀਬ 11 ਲੱਖ ਦਾ ਉਹ ਦੱਸਿਆ ਗਿਆ ਸੀ ਕਿ ਜਿਹੜਾ ਇੰਸੀਡੈਂਟ ਹੋਇਆ ਹੈਗਾ ਉਸ ਕੇਸ ਦੇ ਵਿੱਚ DCP ਇਨਵੈਸਟੀਗੇਸ਼ਨ ਤੇ ਇਹਨਾਂ ਦੇ ਓਵਰਆਲ ਗਾਈਡਲਾਈਨ ਦੇ ਵਿੱਚ ADCP ਸਿਟੀ 1, ACP ਈਸਟ ਤੇ SHO B ਡਿਵੀਜ਼ਨ ਵਗੈਰਾ ਦੀ ਟੀਮ ਨੇ ਬਹੁਤ ਅੱਛਾ ਕੰਮ ਕੀਤਾ ਹੈਗਾ। ਇਸ ਸਾਰੇ ਇੰਸੀਡੈਂਟ ਦੇ ਵਿੱਚ 4 ਲੋਕ ਇਨਵੋਲਵ ਸੀਗੇ, 3 ਜਿਹੜੇ ਸਾਹਮਣੇ ਆਏ ਉਸ ਦਿਨ ਐਕਸ਼ਨ ਕੀਤਾ ਤੇ 4ਥਾ ਬੰਦਾ ਇਹਨਾਂ ਦੇ ਨਾਲ ਬੜਾ ਐਕਟਿਵਲੀ ਇਨਵੋਲਵ ਸੀਗਾ। ਸੋ ਇਹ ਚਾਰੋਂ ਹੀ ਲੋਕ
ਅਰੈਸਟ ਕੀਤੇ ਗਏ ਨੇ, ਰਿਕਵਰੀਜ਼ ਇਹਨਾਂ ਤੋਂ ਸਬਸਟੈਂਸ਼ੀਅਲ ਹੋ ਚੁੱਕੀ ਹੈਗੀ ਹੈ, ਜਿਹੜੀ ਫਾਲੋ ਅਪ ਇਨਵੈਸਟੀਗੇਸ਼ਨ ਚੱਲ ਰਿਹਾ ਹੈਗਾ। ਮੇਨ ਜਿਹੜੇ ਦੋਸ਼ੀ ਫੜੇ ਗਏ ਹੈ, ਇੱਕ ਤਾਂ ਹਰਜਿੰਦਰ ਸਿੰਘ ਉਰਫ ਬਬਲੂ ਨਾਂ ਦਾ ਹੈਗਾ, ਇਹ ਭਾਈ ਮਨ ਸਿੰਘ ਰੋਡ ਦਾ ਰਹਿਣ ਵਾਲਾ, ਵਿਕਰਮਜੀਤ ਉਰਫ ਵਿੱਕੀ ਕਰਕੇ ਹੈਗਾ, ਇਹ ਘੋੜੂ ਪਿੰਡ ਦਾ ਹੈਗਾ, ਇਹ ਉਹ ਵਿਅਕਤੀ ਹੈ ਜਿਹਦੇ ਕੋਲ ਵੈਪਨ ਵੀ ਸੀਗਾ। ਸੋ ਵਿੱਕੀ ਜਿਹੜਾ ਹੈਗਾ ਇਹਦੇ ਕੋਲ ਵੈਪਨ ਵੀ ਹੈ, ਤੇ ਇਹਦੀ ਫਰਦਰ ਇਨਵੈਸਟੀਗੇਸ਼ਨ ਚੱਲ ਰਹੀ ਹੈ ਕਿ ਹੋਰ ਕਿਸ ਤਰ੍ਹਾਂ ਦੇ ਕ੍ਰਾਈਮ ਵਿੱਚ ਇਨਵੋਲਵ ਹੈ। ਇਸੇ ਤਰ੍ਹਾਂ ਇੱਕ ਉਮੇਸ਼ ਕੁਮਾਰ ਉਰਫ ਉਮੇਸ਼ ਹੈਗਾ ਤੇ ਇੱਕ ਗੁਰਜੰਟ ਉਰਫ ਜੰਟਾ ਹੈਗਾ। ਸੋ ਜਿਹੜਾ ਮੋਟਰਸਾਈਕਲ ਚਲਾ ਰਿਹਾ ਸੀ ਉਹ ਗੁਰਜੰਟ ਜੰਟਾ ਜਿਹੜਾ ਹੈਗਾ, ਉਮੇਸ਼ ਚਲਾ ਰਿਹਾ ਸੀ, ਹਾਂ ਉਮੇਸ਼ ਕੁਮਾਰ ਜਿਹੜਾ ਹੈ ਉਹ ਹੈ ਜਿਹੜਾ ਤੁਹਾਨੂੰ ਮੋਟਰਸਾਈਕਲ ਚਲਾਉਂਦਾ ਨਜ਼ਰ ਆਉਂਦਾ, ਜਿਹੜੇ ਸਾਨੂੰ ਕੁਝ ਇਮੇਜਿਸ ਮਿਲੀਆਂ ਸੀਗੀਆਂ। ਸੋ ਤਕਰੀਬਨ ਖੋਹ ਕੀਤੇ ਸਮਾਨ ਵਿੱਚੋਂ 518,000 ਦੀ ਜਿਹੜੀ ਹੈ ਉਹ ਰਿਕਵਰੀਜ਼ ਕੈਸ਼ ਦੀ ਵੀ ਹੋ ਚੁੱਕੀ ਹੈਗੀ ਹੈ। ਬਾਕੀ ਸੋਨਾ ਗਿਆ ਸੀਗਾ ਤੇ ਕੁਝ ਹੋਰ ਹੈਗੇ, ਉਹ ਸਾਰੀ ਪ੍ਰੋਸੈਸ ਫੋਲੋ ਅਪ ਚੱਲ ਰਿਹਾ ਤੇ ਸਾਨੂੰ ਉਮੀਦ ਹੈ ਕਿ ਬਾਕੀ ਰਿਕਵਰੀਜ਼ ਵੀ ਹੋਣਗੇ ਇਹਦੇ ਚ। ਇਸ ਬਾਕੀ ਇਨਵੈਸਟੀਗੇਸ਼ਨ ਚੱਲ ਰਹੀ ਹੈ, ਬਟ ਇੱਕ ਚੀਜ਼ ਇਹ ਆਈ ਹੈ ਸਾਹਮਣੇ ਕਿ ਇਹ ਜਿਹੜਾ ਸੋਨਾ ਵਗੈਰਾ ਵੀ ਸੀ ਜਾਂ ਜਿਹੜੇ ਆਰਨਾਮੈਂਟਸ ਹੈਗੇ ਹੈ ਇਹ ਸ਼ਾਇਦ ਕੁਝ ਗਿਰਵੀ ਰੱਖ ਕੇ ਤੇ ਦਿੰਦਾ ਹੈਗਾ ਵਿਆਜ ਵਗੈਰਾ, ਇਸ ਤਰ੍ਹਾਂ ਦਾ ਉਹਦਾ ਨਾਲ ਇੱਕ ਸਾਈਡ ਬਿਜ਼ਨਸ ਹੈ। ਸੋ ਉਹਦੇ ਵਿੱਚੋਂ ਹੀ ਕਿਤੇ ਨਾ ਕਿਤੇ ਇਹ ਗੱਲ ਚੱਲੀ ਹੈਗੀ ਹੈ ਤੇ ਕਿਸੇ ਨੇ ਦੱਸਿਆ ਕਿ ਉਹਨਾਂ ਕੋਲ ਕੈਸ਼ ਹੁੰਦਾ। ਸੋ ਮੇਨਲੀ ਜਿਹੜਾ ਇਹ ਹਰਜਿੰਦਰ ਬਬਲੂ ਹੈਗਾ ਇਹਨੇ ਇਸ ਤਰ੍ਹਾਂ ਦੀ ਇਨਫੋਰਮੇਸ਼ਨ ਦਿੱਤੀ, ਬਾਕੀ ਫਾਲੋ ਅਪ ਚੱਲ ਰਿਹਾ। ਦੇਖੋ ਛੋਟੇ ਮੋਟੇ ਅਲੱਗ ਅਲੱਗ ਤਰ੍ਹਾਂ ਦੇ ਕੰਮ ਵੀ ਕਰਦੇ ਆ, ਜਿਵੇਂ ਵਿੱਕੀ ਹੈਗਾ ਇਹਦਾ ਛੋਟੇ ਦੀ ਨਾਈ ਟਾਈਪ ਦੀ ਦੁਕਾਨ ਹੈ, ਕੁਛ ਟੈਟੂ ਵਗੈਰਾ ਦਾ ਕੰਮ ਵੀ ਕਰਦਾ ਹੈਗਾ। ਸੋ ਕੁਛ ਨਾ ਕੁਛ ਥੋੜਾ ਬਹੁਤ ਕੰਮ ਵੀ ਕਰਦੇ ਹੈ, ਬਟ ਨਾਲ ਨਾਲ ਕ੍ਰਾਈਮ ਵਿੱਚ ਆਏ। ਬਾਕੀ ਅਜੇ ਇਨਵੈਸਟੀਗੇਸ਼ਨ ਕਰਾਂਗੇ ਵੀ ਇਹਨਾਂ ਦੇ ਹੋਰ ਕਿਹੜੇ ਕੇਸਿਸ ਹੈ, ਹੋਰ ਕਿੱਥੇ ਕਿੱਥੇ ਇਨਵੋਲਵ। ਥੈਂਕ ਯੂ। ਮੈਂ ਤਾਂ ਦੇਖੋ ਮੈਂ ਇਹ ਕਹਿਣਾ ਚਾਹੂੰਗਾ ਕਿ CCTV ਇੱਕ ਬਹੁਤ ਵੱਡਾ ਟੂਲ ਹੈ ਅੱਜ ਦੀ ਡੇਟ 'ਚ, ਜੋ ਕ੍ਰਾਈਮ ਪ੍ਰੀਵੈਂਸ਼ਨ ਵਿੱਚ ਵੀ ਮਦਦ ਕਰਦਾ ਹੈਗਾ ਤੇ ਕ੍ਰਾਈਮ ਡਿਟੈਕਸ਼ਨ ਵਿੱਚ ਵੀ ਕਰਦਾ। ਸੋ ਇਹ ਲੋਕਾਂ ਨੂੰ ਚਾਹੀਦਾ ਹੈ ਕਿ ਵੱਧ ਤੋਂ ਵੱਧ ਜਿੱਥੇ ਵੀ ਖਾਸ ਕਰ ਇੰਸਟੀਟਿਊਸ਼ਨਸ ਹੈ, ਕੋਈ ਹੋਰ ਹੈਗੇ ਹੈ, ਈਵਨ ਜਿਹੜੇ ਮੁਹੱਲੇ ਦੀਆਂ ਸੁਸਾਇਟੀਜ਼ ਬਣੀਆਂ ਉਹ ਵੀ ਮਿਲ ਕੇ ਆਪਣੇ ਏਰੀਆਜ਼ ਨੂੰ ਡੋਮੀਨੇਟ ਕਰਨ ਤੇ ਕਵਰ ਕਰਨ। ਥੈਂਕ ਯੂ।